ਹੁਣ ਉਹ ਅਕਾਲੀ ਦਲ ਨਹੀਂ ਰਹਿ ਗਿਆ, ਅਕਾਲੀ ਦਲ ਰਹਿ ਗਿਆ। ਅਕਾਲੀ ਦਲ ਤਾਂ ਸਾਰੇ, ਅਕਾਲੀ ਦਲ ਦੇ ਬੰਦੇ ਸਾਰੇ ਸਾਰੇ ਉਹ ਤਾਂ ਕੱਲ੍ਹ ਜਲੰਧਰ ਦੇ ਮੀਟਿੰਗ 'ਚ ਬੈਠੇ ਸੀਗੇ। ਪ੍ਰਧਾਨ ਨੂੰ ਕੋਈ ਮਿਲ ਹੀ ਨਹੀਂ ਸਕਦਾ। ਅਕਾਲੀ ਦਲ ਦਾ ਪ੍ਰਧਾਨ ਸਿੱਖ ਕੌਮ ਦੇ ਜਿਹੜੇ ਨਾਲ ਬੰਦੇ ਉਹਨਾਂ ਦੀ ਮਾਂ ਹੁੰਦੀ ਆ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਉਹਨਾਂ ਦੀ ਮਾਂ ਹੁੰਦੀ ਆ। ਅਕਾਲ ਤਖ਼ਤ ਤਾਂ ਸਾਡਾ ਸਭ ਤੋਂ ਵੱਡਾ ਸੁਪਰੀਮ ਆ। ਜੇ ਤਿੰਨੇ ਸੰਸਥਾਵਾਂ ਇੱਕ ਲੀਡਰ ਦੀ ਗੱਲ ਨਹੀਂ ਸੁਣਦੀਆਂ, ਇੱਕ ਲੀਡਰ ਦੀ ਗੱਲ ਨਹੀਂ, ਚੰਗੇ ਭਲੇ ਮੈਂ ਹੀ ਸਮਝ ਲਓ, ਫਿਰ ਉਹਨਾਂ ਸੁਣੀ ਕਿਹਦੀ ਆ? ਫਿਰ ਫੈਸਲਾ ਕੀ ਕਰਨਗੇ? ਲੋਕ ਛਤਰੀ ਨਾਲ ਉੱਤਰਦੇ ਸੀ, ਤੁਰੇ ਤੁਰੇ ਜਾਂਦੇ ਪ੍ਰਧਾਨ ਆ ਜੀ KP ਆ ਗਿਆ, ਜੇ KP ਆ ਗਿਆ ਉੱਤੇ ਦੋ ਬੰਦੇ ਰੰਗ ਕਰਨ ਦਾ ਪੈਂਦੇ ਵੀ ਉਹ ਕਾਂਗਰਸ ਦਾ ਪ੍ਰਧਾਨ ਰਿਹਾ, ਇਹਨੂੰ ਰੰਗ ਕਰਕੇ ਰਾਤ ਰਾਤ ਸਵੇਰੇ ਨੂੰ ਟਿਕਟ ਦੇ ਤੀ। ਇਹ ਨਹੀਂ ਗੱਲ ਹੋਈ, ਪਹਿਲਾਂ ਵੇਖਿਆ ਜਾਊਗਾ ਇਹ ਜੇਲ੍ਹ ਕਿੰਨੀ ਆ, ਇਹਦੀ ਕੁਰਬਾਨੀ ਕਿੰਨੀ ਆ, ਇਹ ਕਿੰਨੇ ਚਿਰ ਤੋਂ ਅਕਾਲੀ ਦਲ ਦੇ ਵਿੱਚ ਕਿੰਨੇ ਚਿਰ ਰਹਿੰਦਾ, ਇਹਨੇ ਅੰਮ੍ਰਿਤ ਛਕਿਆ, ਉਹਦੀ ਨੂੰ ਕੋਈ ਜਪਜੀ ਸਾਹਿਬ ਦਾ ਪਾਠ ਵੀ ਆਉਂਦਾ ਕਿ ਨਹੀਂ ਆਉਂਦਾ? ਇਹਦੀ ਦਿੱਖ ਵੀ ਅਕਾਲੀ ਦਲ ਵਾਲੀ ਹੈਗੀ ਆ ਕਿ ਤੁਰੇ ਜਾਂਦੇ ਅਕਾਲੀ ਦਲ ਦਾ ਪਤਾ ਨਹੀਂ ਲੱਗਦਾ ਇੱਥੇ ਹੁਣ। ਆਹ ਨੋਨੀ ਆ ਗਈ ਜੀ, ਆਹ ਆਪਣੇ ਬੰਟੀ ਆ ਗਈ ਆ, ਇਹ ਜੀ ਸ਼ਗਰਗੰਦੀ ਆ ਗਈ, ਇੱਕ ਉੱਧਰ ਸ਼ਗਰਗੰਦੀ ਵੀ ਹੈਗੀ ਆ, ਔਰ ਕੀ ਉਹਨੂੰ ਆਉਂਦੇ ਬਰਕੰਦੀ ਕਿ ਸ਼ਗਰਗੰਦੀ ਕੋਈ ਇਹੋ ਜਿਹੀ, ਇੱਕ ਤੂੰ ਹੋਰ ਨਾਂ ਇਹੋ ਜਿਹਾ ਹੈਗੇ। ਇਹ ਅਕਾਲੀ ਦਲ ਦੇ ਬੰਦੇ, ਇਹ ਜਾਨਵਰਾਂ ਦੇ ਨਾਂ ਹੈ ਕਿ ਬੰਦਿਆਂ ਦੇ ਨਾਂ ਹੈ? ਅਕਾਲੀ ਦਲ ਦੇ ਨਾਂ ਜਹੇਦਾਰ, ਪ੍ਰਧਾਨ ਵੀ ਉਹ ਹੋਏ, ਮੁੱਖ ਮੰਤਰੀ ਵੀ ਉਹ ਹੋਏ, ਅਕਾਲ ਤਖ਼ਤ ਦੇ ਜਹੇਦਾਰ ਵੀ ਉਹ ਨਿਯੁਕਤ ਕਰਨਾ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਨਿਯੁਕਤ ਕਰਨਾ। ਉਹ ਡਿਕਟੇਟਰਸ਼ਿਪ ਜਿਹੜੀ ਸੀ ਨਾ ਉਹ ਅਕਾਲੀ ਦਲ ਦੇ ਵਿੱਚ ਆ ਗਈ, ਕਿਉਂਕਿ ਜਿਹੜੀ ਐਮਰਜੈਂਸੀ ਆਵਾਜ਼ ਕਿਉਂ ਨਹੀਂ ਕੋਈ ਚੁੱਕਦਾ ਇਸ ਮੁੱਦੇ 'ਚ, ਕਿਉਂਕਿ ਦੂਸਰੀ ਪਾਰਟੀ ਹੁਣ ਚੁੱਕ ਤਾਂ ਲਈ, ਕੱਲ੍ਹ ਕਿਤੇ ਸੁਣਨ ਵਾਲੇ 5 ਘੰਟੇ ਉੱਥੇ ਜਲੰਧਰ ਦੇ ਵਿੱਚ ਹਰੇਕ ਬੰਦੇ ਨੂੰ ਕਿਹਾ ਤੁਹਾਨੂੰ ਖੁੱਲ੍ਹ ਕੇ ਬੋਲਣ ਦਾ ਅਧਿਕਾਰ ਆ। ਈਵਨ ਚੰਦੂ ਮਾਜਰਾ ਸਾਹਿਬ ਨੂੰ ਵੀ ਲੋਕਾਂ ਨੇ ਬੋਲਿਆ, ਤੁਸੀਂ ਕਿਉਂ ਨਹੀਂ ਪਹਿਲਾਂ ਬੋਲੇ ਬਈ? ਉਹਨੇ ਆਖਿਆ ਯਾਰ ਫਿਰ ਗਲਤੀਆਂ ਤਾਂ ਹੋਈਆਂ ਨੇ ਨਾ। ਔਰ ਬੀਬੀ ਜਗੀਰ ਕੌਰ ਜੀ ਉਹ ਵੀ ਬੋਲੇ, ਔਰ ਮਲੂਕਾ ਸਾਹਿਬ ਵੀ ਹੱਥੋਂ ਗਲਤੀਆਂ, ਉਹਨਾਂ ਤਾਂ ਬੋਲ ਹੀ ਦਿੱਤਾ ਵੀ ਯਾਰ ਜਦੋਂ ਅਸੀਂ ਬੋਲੇ ਹੀ ਨਹੀਂ ਕਿ ਜਦੋਂ ਗਲਤ ਕੰਮ ਹੋ ਰਿਹਾ ਸੀ ਤਾਂ ਫਿਰ ਦੋਸ਼ੀ ਤਾਂ ਅਸੀਂ ਵੀ ਕਹਿੰਦਾ ਹੈਗੇ ਹਾਂ ਨਾ। ਸੁਖਬੀਰ ਬਾਦਲ ਦੀ ਅਗਵਾਈ ਹੇਠ ਅੱਜ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਦੀ ਇੱਕ ਵਾਰੀ ਫਿਰ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਲੋਕ ਸਭਾ ਚੋਣਾਂ ਦੀ, ਹਾਰ ਦਾ ਇਸ ਮੀਟਿੰਗ ਦੇ ਵਿੱਚ ਗੱਲਬਾਤ ਕੀਤੀ ਜਾਏਗੀ। ਤੁਹਾਨੂੰ ਦੱਸ ਦਈਏ ਕਿ 2022 ਦੇ ਵਿੱਚ ਵਿਧਾਨ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਮੀਟਿੰਗ ਕੀਤੀ ਗਈ ਸੀ, ਉਸ ਤੋਂ ਬਾਅਦ ਹੁਣ ਇੱਕ ਵਾਰੀ ਫਿਰ ਮੀਟਿੰਗ ਕੀਤੀ ਜਾ ਰਹੀ। ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਪੰਥਕ ਜਿਹੜੇ ਲੀਡਰ ਜਿਹੜੇ ਭਾਈ ਮਨਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਹੈ। ਭਾਈ ਸਾਹਿਬ ਮੀਟਿੰਗ ਕੀਤੀ ਜਾ ਰਹੀ ਹੈ ਅਕਾਲੀ ਦਲ ਦੀ, ਇਵੇਂ ਲੱਗਦਾ ਕਿ ਜਿਹੜੀ ਲੋਕ ਸਭਾ ਦੀ ਜਿਹੜੀ ਹਾਰ ਹੋਈ ਹੈ ਉਸ 'ਤੇ ਗੱਲਬਾਤ ਕੀਤੀ ਜਾਏਗੀ, ਲੇਕਿਨ ਇਹ ਵੀ ਕਿਹਾ ਜਾ ਰਿਹਾ ਕਿ ਸੁਖਬੀਰ ਬਾਦਲ ਦੀ ਕੁਰਸੀ ਵੀ ਜਾ ਸਕਦੀ ਇਸ ਵਾਰ। ਦੇਖੋ ਮੈਂ ਜਾਤੀ ਤੌਰ 'ਤੇ ਕਦੇ ਕਿਸੇ ਦੇ ਖਿਲਾਫ਼ ਨਹੀਂ ਬੋਲਦਾ, ਨਾ ਮੈਂ ਬੋਲਣਾ, ਨਾ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ਼ ਬੋਲਣਾ, ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ਼ ਬੋਲਣਾ, ਨਾ ਅਕਾਲ ਤਖ਼ਤ ਸਾਹਿਬ ਦੇ। ਸੰਸਥਾਵਾਂ ਨਹੀਂ ਮਾੜੀਆਂ ਹੁੰਦੀਆਂ, ਉਹਨਾਂ 'ਤੇ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਵਿੱਚ ਕਈ ਵਾਰ ਜਿਹੜੀਆਂ ਨੇ ਉਹ ਊਨਤਾਂ ਆਈਆਂ ਆ ਜਾਂਦੀਆਂ, ਬੇਰਜਮੀਆਂ ਆ ਜਾਂਦੀਆਂ ਨੇ। ਸੋ ਸ਼੍ਰੋਮਣੀ ਅਕਾਲੀ ਦਲ ਦਾ 103 ਸਾਲ ਦਾ ਇਤਿਹਾਸ ਹੈ, ਕੋਈ 4 ਸਾਲ ਦਾ ਵਿਆਹ ਦਿੰਦਾ ਹੈ, ਔਰ ਉਹਦੀ ਜਿਹੜੀ ਅਕਾਲੀ ਦਲ ਦੇ ਆਪਣੇ ਮੁੱਢ ਸੀ ਅਕਾਲੀ ਦਲ ਦਾ, ਉਹ ਕੁਰਬਾਨੀ 'ਤੇ, ਜੇਲ੍ਹ 'ਤੇ, ਸ਼ਹੀਦੀ 'ਤੇ ਟਿਕਿਆ ਸੀ। ਔਰ ਅੱਜ ਜੇਲ੍ਹ ਵਾਲਿਆਂ ਨੂੰ ਦਰ ਨਕਾਰ ਕਰਤਾ ਅਕਾਲੀ ਦਲ ਨੇ, ਜਿਹਦੇ 'ਚ ਜਹੇਦਾਰ ਗੁਰਚਰਨ ਸਿੰਘ ਟੌੜਾ ਦਾ ਪਰਿਵਾਰ ਸੀ, ਜਿਹਦੇ 'ਚ ਜਹੇਦਾਰ ਮੋਹਨ ਸਿੰਘ ਤੁੱਟ ਦਾ ਪਰਿਵਾਰ ਸੀ, ਜਿਹਦੇ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਂਵਾਲਿਆਂ ਦਾ ਪਰਿਵਾਰ ਸੀਗਾ, ਜਿਹਨਾਂ ਐਮਰਜੈਂਸੀ ਦੀ ਲੜਾਈ ਜਿਹੜੀ ਕੱਲ੍ਹ ਐਮਰਜੈਂਸੀ ਹੋਈ ਸੀ ਨਾ, ਉਹਦੀ ਲੜਾਈ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਂਵਾਲਿਆਂ ਨੇ ਲੜੀ ਸੀ 37 ਜਲੂਸ ਕੱਢ ਕੇ। ਸੋ ਇਸੇ ਤਰ੍ਹਾਂ ਜਿਹੜਾ ਸੀ ਆਪਣੇ ਜਹੇਦਾਰ ਜਗਦੇਵ ਸਿੰਘ ਤਲਵੰਡੀ,
ਉਹਨਾਂ ਦੇ ਪਰਿਵਾਰ ਨੂੰ ਦਰ ਨਕਾਰ ਕਰਤਾ। ਔਰ ਈਵਨ ਢੀਂਡਸਾ ਪਰਿਵਾਰ ਵੀ ਪੁਰਾਣੇ ਪਰਿਵਾਰ ਤਾਂ ਸਰੇ ਹੋਏ ਨੇ, ਬਰਨਾਲਾ ਪਰਿਵਾਰ। ਸੋ ਇਹ ਸਾਰੇ ਪਰਿਵਾਰ ਇਸੇ ਤਰ੍ਹਾਂ ਮਾਣਯੋਗ ਮਾਸਟਰ ਤਾਰਾ ਸਿੰਘ ਜੀ ਜਿਹੜੇ ਹੋਏ ਨੇ ਸਾਡੇ ਪ੍ਰਧਾਨ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਵੀ, ਉਸ ਪਰਿਵਾਰ ਨੂੰ ਵੀ ਦਰ ਨਕਾਰ ਕਰਤਾ। ਔਰ ਸਾਰੇ ਹੀ ਜਿਹੜੇ ਜਿਨ੍ਹਾਂ ਨੇ ਕੁਰਬਾਨੀਆਂ ਕਰਕੇ ਜੇਲ੍ਹਾਂ ਕੱਟ ਕੇ ਫਾਂਸੀ ਦੇ ਫੰਦਿਆਂ ਨੂੰ ਚੁੰਮ ਕੇ ਅਕਾਲੀ ਦਲ ਨੂੰ 103 ਸਾਲ ਦਾ ਕੀਤਾ ਸੀ, ਉਹਨਾਂ ਸਾਰੇ ਪਰਿਵਾਰਾਂ ਨੂੰ ਜਿਹੜਾ ਸੀ ਬਾਦਲ ਪਰਿਵਾਰ ਨੇ ਦਰ ਨਕਾਰ ਕਰਤਾ। ਹੁਣ ਉਹ ਅਕਾਲੀ ਦਲ ਨਹੀਂ ਰਹਿ ਗਿਆ, ਖਾਲੀ ਦਲ ਰਹਿ ਗਿਆ। ਅਕਾਲੀ ਦਲ ਤਾਂ ਸਾਰੇ, ਅਕਾਲੀ ਦਲ ਦੇ ਬੰਦੇ ਸਾਡੇ ਸਾਰੇ ਉਹ ਤਾਂ ਕੱਲ੍ਹ ਜਲੰਧਰ ਦੇ ਮੀਟਿੰਗ 'ਚ ਬੈਠੇ ਸੀਗੇ। ਸੋ ਸਾਰਿਆਂ ਨੇ ਇੱਕ ਗੱਲ ਜਿਹੜੀ ਕੀਤੀ ਹੈ ਕਿ ਆਪਾਂ ਨੂੰ ਇੱਕ ਤਾਂ ਉਹਨਾਂ ਜੋ ਚੰਦੂ ਮਾਜਰਾ ਸਾਹਿਬ ਨੇ ਜਦ ਸਾਰਿਆਂ ਨੇ ਕਿਹਾ ਵੀ ਜੇ ਉਹ ਮਾਫ਼ੀ ਵਾਲੀ ਗੱਲ ਉੱਥੇ ਹੋਈ ਹੈ ਭਾਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਰਵਾਈ ਹੋਵੇ, ਉਹ ਕਹਿੰਦੇ ਅਸੀਂ ਵੀ ਤਾਂ ਬੈਠੇ ਹੀ ਸੀ ਨਾ ਉੱਥੇ, ਅਸੀਂ ਬੋਲੇ ਨਹੀਂ ਗਏ। ਇਸ ਵਾਸਤੇ 1 ਤਰੀਕ ਨੂੰ ਉਹ ਸਾਰੇ ਗੱਲਾਂ ਦੀ ਆਪਣਿਆਂ ਦੀ ਮਾਫ਼ੀ ਮੰਗਣ ਵਾਸਤੇ, ਅਤੇ ਜੋ ਕਿਤਾਈਆਂ ਹੋਈਆਂ ਨੇ ਉਹ ਕਹਿੰਦੇ ਭਾਵੇਂ ਕੀਤੀਆਂ ਉਹਨਾਂ ਨੇ ਆ, ਪਰ ਅਸੀਂ ਕੋਲ ਬੈਠੇ ਤਾਂ ਕਹਿੰਦੇ ਹੈਗੇ ਸਨ। ਮਲੂਕਾ ਸਾਹਿਬ ਨੇ ਕਿਹਾ, ਇਹ ਆਪਣੇ ਇਹਨਾਂ ਨੇ ਚੰਦੂ ਮਾਜਰਾ ਸਾਹਿਬ ਨੇ, ਰੱਖੜਾ ਸਾਹਿਬ ਨੇ, ਵੀ ਅਸੀਂ ਉਸ ਗੱਲ ਦੀ ਪਹਿਲਾਂ ਜਾ ਕੇ ਮਾਫ਼ੀ ਮੰਗਾਂਗੇ ਅਕਾਲ ਤਖਤ ਸਾਹਿਬ ਤੋਂ, ਵੀ ਅਸੀਂ ਉਦੋਂ ਬੋਲ ਨਹੀਂ ਸਕੇ। ਲੇਕਿਨ ਅਸੀਂ ਅਕਾਲੀ ਦਲ ਨੂੰ ਹੁਣ ਪਹਿਲੀਆਂ ਦੀਆਂ 'ਤੇ ਅਸੀਂ ਲਿਆਉਣਾ ਚਾਹੁੰਦੇ ਹਾਂ ਜਿਹੜਾ ਅਸਲੀ ਅਕਾਲੀ ਸੀ। ਪਹਿਲੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸਰਮਕ ਸਿੰਘ ਝਬਾਲ ਬਣੇ ਸੀ ਇੱਥੋਂ ਦੇ, ਫਿਰ ਉਹਦੇ 'ਚ ਬੜੀਆਂ ਮਹਾਨ ਹਸਤੀਆਂ ਬਾਬਾ ਖੜਕ ਸਿੰਘ ਜੀ ਵਰਗੇ ਜਿਹਨਾਂ ਨੂੰ ਮਹਾਂਪੁਰਸ਼ਾਂ ਵੱਲੋਂ ਵੀ ਜਾਣਿਆ ਜਾਂਦਾ ਸੀ, ਔਰ ਇਸੇ ਤਰ੍ਹਾਂ ਮਾਸਟਰ ਤਾਰਾ ਸਿੰਘ ਜੀ, ਸੰਤ ਫਤਿਹ ਸਿੰਘ ਜੀ, ਔਰ ਜਹੇਦਾਰ ਜਗਦੇਵ ਸਿੰਘ ਤਲਵੰਡੀ, ਉਹਨਾਂ ਤੋਂ ਪਹਿਲਾਂ ਜਹੇਦਾਰ ਮੋਹਨ ਸਿੰਘ ਤੋੜ, ਜਿਨ੍ਹਾਂ ਦੀ ਬਹੁਤ ਵੱਡੀ ਛਵੀ ਹੈ ਸਾਡੇ ਮਾਝੇ 'ਚ। ਔਰ ਇਸੇ ਤਰ੍ਹਾਂ ਜਿਹੜੇ ਉਸ ਤੋਂ ਬਾਅਦ ਸੰਤਰ ਝੰਗ ਸਿੰਘ, ਭਾਵੇਂ ਉਹਨਾਂ ਨੇ ਸਮਝੌਤਾ ਗਲਤੀ ਕਰ ਲਿਆ ਸੀ ਜਿਹੜਾ ਰਾਜੀਵ ਲੌਂਗੋਵਾਲ ਸਮਝੌਤਾ, ਕਿਉਂਕਿ ਨਾਲ ਦੇ ਕਰਾ ਦਿੰਦੇ ਆ, ਸੋ ਉਹ ਇਹੋ ਜਿਹਾ। ਫਿਰ ਬਾਦਲ ਸਾਹਿਬ ਵੀ ਰਹੇ, ਔਰ ਉਸ ਤੋਂ ਬਾਅਦ ਅਕਾਲੀ ਦਲ ਜਿਹੜਾ ਸੀਗਾ ਧੀਆਂ ਪੁੱਤਾਂ ਦੇ ਜਿਹੜਾ, ਜਦੋਂ ਤੱਕ ਬਾਦਲ ਸਾਹਿਬ ਸੀ ਉਦੋਂ ਤੱਕ ਅਕਾਲੀ ਦਲ ਖਾਲੀ ਦਲ ਨਹੀਂ ਹੋਇਆ ਸੀ, ਲੇਕਿਨ ਹੁਣ ਇਸਦਾ ਕਾਰਨ ਕੀ ਮੰਨਦੇ ਹੋ, ਸੁਖਬੀਰ ਸਿੰਘ ਬਾਦਲ ਜਾਂ ਬਿਕਰਮ ਅਜੀਤ? ਵੇਖੋ ਮੈਂ ਨਾਂ ਨਹੀਂ ਗੱਲ ਲੈਣਾ, ਵੇਖੋ ਮੈਂ ਕਦੇ ਜਾਤੀ ਤੌਰ 'ਤੇ, ਮੈਂ ਤੁਹਾਨੂੰ ਪਹਿਲਾਂ ਕਿਹਾ ਜਿੱਥੇ ਬਹਿ ਕੇ ਪ੍ਰਸ਼ਾਦੇ ਇਕੱਠੇ ਛਕੇ ਹੋਣ ਨਾ, ਉੱਥੇ ਕਿਸੇ ਦੇ ਬਾਰੇ ਜਾਤੀ ਤੌਰ 'ਤੇ ਮੈਂ ਨਹੀਂ ਮਾੜਾ ਬੋਲਣਾ। ਲੇਕਿਨ ਅਕਾਲੀ ਦਲ ਜਿਹੜਾ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਟਾਈਮ ਹੀ, ਬਾਦਲ ਸਾਹਿਬ ਰਾਜਨੀਤਿਕ ਹੈਗੇ ਸੀ ਲੇਕਿਨ ਉਹ ਧਾਰਮਿਕ ਨਹੀਂ ਸੀ, ਰਾਜਨੀਤਿਕ ਹੈਗੇ ਸੀ ਬੜਾ ਲੰਮਾ ਟਾਈਮ, ਜਦੋਂ ਅਸੀਂ ਜੰਮੇ ਸੀ ਉਦੋਂ ਵੀ ਉਹ ਸੀ, ਜਦੋਂ ਅਸੀਂ ਹੁਣ ਬੁੱਢੇ ਹੋ ਗਏ ਉਦੋਂ ਵੀ ਉਹ ਹੀ 50-60 ਸਾਲ ਦਾ ਜਿਹੜਾ ਵਕਫਾ ਸੀ। ਲੇਕਿਨ ਉਹ ਸਾਰੇ ਪਰਿਵਾਰ ਨੂੰ ਨਾ ਉਹਨਾਂ 'ਚ ਹਲੀਮੀ ਹੈਗੀ ਸੀ, ਸਾਰੇ ਪਰਿਵਾਰ ਨੂੰ ਇਕੱਠਾ ਕਰ ਸੀ ਛੱਡਦੇ। ਬਿਲਫਰਜ ਮੇਰੇ ਪਿਤਾ ਜੀ ਦੇ ਮੇਲੇ 'ਤੇ ਗਏ ਭੂਰੇ ਕੋਨੇ, ਉਹਨਾਂ ਆਖਿਆ ਜੇ ਸੰਤ ਜੇ ਕੋਈ ਲਾਈਟ ਹਾਊਸ ਸੀਗਾ ਐਮਰਜੈਂਸੀ ਦੇ ਵਿੱਚ, ਅਤੇ ਸੰਤ ਕਰਤਾਰ ਸਿੰਘ ਸੀ, ਮਤਲਬ ਹਰ ਇੱਕ ਨੂੰ ਉਹਨਾਂ ਨੇ ਥਾਂ ਪਰ ਥਾਂ ਜਿਹਨਾਂ ਦੀ ਕੁਰਬਾਨੀ ਸੀ ਉਹਨਾਂ ਬੰਦਿਆਂ ਨੂੰ ਵੀ ਨਾਲ ਪਲੋਸ ਕੇ ਰੱਖਿਆ, ਭਾਵੇਂ ਸਾਨੂੰ ਦਿੱਤਾ ਉਹਨੇ ਕੁਛ ਨਹੀਂ ਗਾ, ਸ਼ਹੀਦਾਂ ਦੇ ਪਰਿਵਾਰਾਂ ਦਰਨਕਾਰ ਉਹਨਾਂ ਵੀ ਕਰ ਛੱਡਿਆ, ਕੁਰਬਾਨੀ ਵਾਲਿਆਂ ਨੂੰ ਵੀ ਕਰ ਛੱਡਿਆ, ਪਰ ਉਹਨਾਂ ਦੀ ਇੱਕ ਲੀਮੀ ਹੈਗੀ ਸੀ, ਸਾਰਿਆਂ ਨੂੰ ਇੱਕ ਪਲੈਟਫਾਰਮ 'ਤੇ ਇਕੱਠੇ ਕਰ ਲੈਂਦੇ ਸੀ। ਹੁਣ ਜਿਹੜੀ ਇਹ ਮੌਜੂਦਾ ਲੀਡਰਸ਼ਿਪ ਹੈ ਇਹ ਰਿਸਟੋਕ੍ਰੇਟ ਹੋ ਗਈ, ਇਹ ਹੋਟਲਾਂ 'ਚ ਠਹਿਰਦੀ ਆ ਅਤੇ ਆਪਣੇ ਨਾ ਤਾਂ ਸਰਾਵਾਂ 'ਚ ਠਹਿਰਦੇ ਆ, ਨਾ ਇੱਥੇ ਭਾਈ ਗੁਰਦਾਸ ਹਾਲ ਕੋਈ ਠਹਿਰਦਾ, ਮਿਲ ਹੀ ਨਹੀਂ ਸਕਦਾ। ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੂੰ ਕੋਈ ਮਿਲ ਹੀ ਨਹੀਂ ਸਕਦਾ। ਅਕਾਲੀ ਦਲ ਦਾ ਪ੍ਰਧਾਨ ਸਿੱਖ ਕੌਮ ਦੇ ਜਿਹੜੇ ਨਾਲ ਬੰਦੇ ਉਹਨਾਂ ਦੀ ਮਾਂ ਹੁੰਦੀ ਆ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਉਹਨਾਂ ਦੀ ਮਾਂ ਹੁੰਦੀ ਆ, ਅਕਾਲ ਤਖਤ ਸਾਡਾ ਸਭ ਤੋਂ ਵੱਡਾ ਸੁਪਰੀਮ ਆ।
ਜੇ ਤਿੰਨੇ ਸੰਸਥਾਵਾਂ ਇੱਕ ਲੀਡਰ ਦੀ ਗੱਲ ਨਹੀਂ ਸੁਣਦੀਆਂ, ਇੱਕ ਲੀਡਰ ਦੀ ਗੱਲ ਨਹੀਂ, ਚੰਗੇ ਭਲੇ ਮੈਂ ਇਹ ਸਮਝ ਲਓ, ਫਿਰ ਉਹਨਾਂ ਸੁਣਨੀ ਕਿਹਦੀ ਆ? ਫਿਰ ਉਹ ਫੈਸਲਾ ਕੀ ਕਰਨਗੇ? ਸੋ ਇਸ ਕਰਕੇ ਇਹ ਜਿਹੜਾ ਅਰਿਸਟੋਕ੍ਰੇਟਾਂ ਦੇ ਕੋਲ ਅਕਾਲੀ ਦਲ ਆ ਗਿਆ, ਜਿਹੜਾ 7-star ਹੋਟਲਾਂ 'ਚ ਠਹਿਰਦੇ ਸੀ, ਅਤੇ ਥੱਲਿਓਂ ਪੁੱਛਿਆ ਜਾਂਦਾ ਸੀ ਵੀ ਕੌਣ ਬੰਦਾ ਆਇਆ ਹੈ, ਅਤੇ ਉਹ ਬੰਦੇ ਦੀ ਲੱਸੀ ਹੋ ਜਾਂਦੀ ਸੀ ਉੱਥੇ, ਕਈ ਤਾਂ ਮਿਲਦੇ ਨਹੀਂ ਸੀ, 6-6 ਮਹੀਨੇ ਕਿਸੇ ਨੂੰ ਮਿਲਣਾ। ਮੈਂ ਕੀ ਕਹਿਣਾ, ਤੁਸੀਂ ਉਹਨਾਂ ਦੇ ਸਿਆਸੀ ਸਕੱਤਰ ਦੀ ਗੱਲ ਹੀ ਬਰਾੜ ਦੀ ਸੁਣ ਲਓ, ਬਰਾੜ ਤੋਂ ਸੁਣਿਆ ਕਿ ਨਹੀਂ? ਚਰਨਜੀਤ ਸਿੰਘ ਬਰਾੜ ਉਹਨਾਂ ਦੇ ਰੋਜ਼ ਪ੍ਰੋਗਰਾਮ ਤੈਅ ਕਰਦੇ ਆ, ਉਹਨਾਂ ਦੀਆਂ ਕਹਿਣ 'ਤੇ ਮੀਟਿੰਗਾਂ ਸੱਦਦੇ ਆ, ਲੇਕਿਨ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਜਾਂਦਾ ਆਪਦੇ ਵਿਚਾਰ ਪ੍ਰਗਟ ਕਰਨ ਦਾ। ਕਿੱਡੇ ਅਫਸੋਸ ਦੀ ਗੱਲ ਆ ਨਾ, ਵੀ ਮੇਰਾ ਇੱਥੇ ਇੱਕ PA ਆ, ਇੱਥੇ ਹੀ ਆ, ਮੇਰੇ ਨਾਲ ਹੀ ਆ, ਜੇ ਮੈਂ ਉਹਦੀ ਗੱਲ ਨਹੀਂ ਸੁਣਦਾ ਫਿਰ ਮੈਂ ਸੁਣੀ ਕਿਹਦੀ ਆ? ਫਿਰ ਮੈਂ ਵਿਚਾਰ, ਉਹਨੇ ਤਾਂ ਮੇਰੀ ਗੱਲ ਲੋਕਾਂ ਦੇ ਨਾਲ ਜੋੜਨੀ ਆ। ਜਿਹੜਾ PA ਹੁੰਦਾ ਨਾ, ਉਹਦੇ ਬਸ 100 ਦੇ ਵਿੱਚੋਂ 50% ਉਹਦੇ ਵੱਸ ਦੀ ਗੱਲ ਹੁੰਦੀ ਵੀ ਆਪਣੇ ਪ੍ਰਧਾਨ ਦੀ ਗੱਲ ਜਿਹੜੀ ਆ ਇਹ ਲੋਕਾਂ 'ਚ ਕਤਰਾ ਬਣਾ ਕੇ ਰੱਖਣਾ। ਅਕਾਲੀ ਦਲ ਪੰਥਕ ਪਾਰਟੀ ਹੈ, ਕਿਸਾਨਾਂ ਦੀ ਪਾਰਟੀ ਆਪਣੇ ਆਪ ਨੂੰ ਕਹਿੰਦੀ ਹੈ, ਲੇਕਿਨ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਹਾਰ ਹੋਈ ਆ। ਦੇਖੋ ਅਕਾਲੀ ਦਲ ਜਿਹੜਾ ਸੀ, ਇੱਕ ਤਾਂ ਖਲੋਤਾ ਸੀ ਕੁਰਬਾਨੀ 'ਤੇ, ਜੇਲ੍ਹਾਂ 'ਤੇ ਫਾਂਸੀ ਦੇ ਫੰਦਿਆਂ ਦੇ ਚੜ੍ਹੇ ਜਾ ਕੇ, ਕਾਲੀ ਪਾਣੀ ਦੇ ਵਿੱਚ ਵੇਖ ਲਓ ਨਾਂ ਲਿਖੇ ਅਤੇ ਅਕਾਲੀ ਚੜ੍ਹੇ। ਜੇ ਜੰਗੇ ਆਜ਼ਾਦੀ ਦੀ ਲੜਾਈ ਲੜੀ ਤਾਂ ਅਕਾਲੀ ਦਲ ਨੇ ਲੜੀ, ਜੇ ਸ਼੍ਰੋਮਣੀ ਕਮੇਟੀ ਦੀ ਲੜਾਈ ਲੜੀ ਯਾਦ ਕਰਾਉਣ ਦੀ ਮਹੰਤਾ ਤੋਂ ਤਾਂ ਅਕਾਲੀ ਦਲ ਨੇ ਲੜੀ, ਔਰ 1920 'ਚ ਸ਼੍ਰੋਮਣੀ ਕਮੇਟੀ ਬਣੀ, ਨਾਲ ਹੀ ਮਹੀਨੇ ਬਾਅਦ ਅਕਾਲੀ ਦਲ ਬਣ ਗਿਆ। ਔਰ ਉਸ ਤੋਂ ਬਾਅਦ ਹੋਇਆ ਕੀ ਹੈ ਕਿ ਜਿਹੜੇ ਸਿਧਾਂਤ ਸੀ ਸਿੱਖੀ ਦੇ, ਜਿਹੜੀ ਪਰੰਪਰਾ ਸੀ ਸਿੱਖੀ ਦੀਆਂ, ਜਿਹੜੀਆਂ ਜਿਹਦੇ 'ਤੇ ਅਕਾਲੀ ਦਲ ਖੜ੍ਹਾ ਸੀ, ਉਹਨੂੰ ਮੌਜੂਦਾ ਅਕਾਲੀ ਦਲ ਜਿਹੜਾ ਇਹ ਪਰੰਪਰਾ ਨੂੰ ਛੱਡ ਗਿਆ। ਸਾਡਾ ਦੋ ਮੁੱਢ ਸੀ, ਮੁੱਢ ਸਾਡਾ ਇੱਕ ਪਹਿਲਾਂ ਧਰਮ, ਕਿਉਂਕਿ ਰਾਜਨੀਤੀ ਜਿਹੜੀ ਸੀ ਇਹ ਧਰਮ ਦੇ ਅੰਡਰ ਹੋਣੀ ਚਾਹੀਦੀ ਸੀ, ਅਸੀਂ ਧਰਮ ਨੂੰ ਥੱਲੇ ਕਰਤਾ ਵੀ ਜਥੇਦਾਰ ਵੀ ਅਸੀਂ ਲਾਵਾਂਗੇ ਜੀ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਅਸੀਂ ਲਾਵਾਂਗੇ। ਇੱਥੇ ਕਲੈਕਟਿਵ ਲੀਡਰਸ਼ਿਪ ਹੁੰਦੀ ਸੀ, ਇੱਕ ਅਕਾਲੀ ਦਲ ਦੇ ਪ੍ਰਧਾਨ ਹੁੰਦੇ ਸਨ, ਦੂਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਪਰ ਇੱਕ ਪਰਿਵਾਰ 'ਚੋਂ ਨਹੀਂ ਸੀ ਹੁੰਦੇ, ਉਹ ਵੱਖੋ ਵੱਖਰੀ ਸ਼ਖਸੀਅਤਾਂ। ਜਿਸ ਤਰ੍ਹਾਂ ਜਥੇਦਾਰ ਟੌੜਾ ਪ੍ਰਧਾਨ ਸੀ, ਜਥੇਦਾਰ ਜਗਦੇਵ ਸਿੰਘ ਤਲਵੰਡੀ ਅਕਾਲੀ ਦਲ ਦੇ ਪ੍ਰਧਾਨ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹ ਮੁੱਖ ਮੰਤਰੀ ਸੀ, ਔਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਜਨੋਵਾ ਸਾਹਿਬ ਉਹ ਜਥੇਦਾਰ ਸੀ, ਉਹ ਵੀ ਨਾਲ ਸਾਡੇ ਪਾਰਟ ਹੁੰਦੇ ਸੀ ਇੱਕ। ਔਰ ਅਕਾਲੀ ਦਲ ਦਾ ਜਿਹੜੀ ਟਿਕਟਾਂ ਵੰਡਣ ਵਾਲਾ ਪਾਰਲੀਮੈਂਟਰੀ ਬੋਰਡ ਆ, ਉਹ ਵੀ ਇੱਕ ਬਰਾਬਰ 'ਤੇ ਹੁੰਦਾ, ਚੇਅਰਮੈਨ ਉਹਦਾ ਜਿਹੜਾ ਹੁੰਦਾ ਸੀ। ਇਹ ਇੱਕ ਕਲੈਕਟਿਵ ਲੀਡਰਸ਼ਿਪ ਜਿਹੜੀ 5 ਲੋਕਾਂ ਦੇ ਤਕਰੀਬਨ ਉਹਨੂੰ ਅਗਵਾਈ ਕਰਦੇ ਸੀ। ਅੱਜ ਖਤਮ ਹੋ ਗਿਆ, ਪ੍ਰਧਾਨ ਵੀ ਉਹ ਹੋਏ, ਮੁੱਖ ਮੰਤਰੀ ਵੀ ਉਹ ਹੋਏ, ਅਕਾਲ ਤਖਤ ਦੇ ਜਥੇਦਾਰ ਵੀ ਉਹ ਨਿਯੁਕਤ ਕਰਨਾ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਨਿਯੁਕਤ ਕਰਨਾ। ਉਹ ਡਿਕਟੇਟਰਸ਼ਿਪ ਜਿਹੜੀ ਸੀ ਨਾ, ਉਹ ਅਕਾਲੀ ਦਲ ਦੇ ਵਿੱਚ ਆ ਗਈ, ਕਿਉਂਕਿ ਜਿਹੜੀ ਐਮਰਜੈਂਸੀ ਆਵਾਜ਼ ਕਿਉਂ ਨਹੀਂ ਕੋਈ ਚੁੱਕਦਾ ਇਸ ਮੁੱਦੇ 'ਚ, ਕਿਉਂਕਿ ਦੂਸਰੀ ਪਾਰਟੀ ਹੁਣ ਚੁੱਕ ਤਾਂ ਲਈ। ਕੱਲ੍ਹ ਕਿਤੇ ਸੁਣਨ ਵਾਲੇ 5 ਘੰਟੇ ਉੱਥੇ ਜਲੰਧਰ ਦੇ ਵਿੱਚ ਹਰੇਕ ਬੰਦੇ ਨੂੰ ਕਿਹਾ, ਤੁਹਾਨੂੰ ਖੁੱਲ੍ਹ ਕੇ ਬੋਲਣ ਦਾ ਅਧਿਕਾਰ ਆ। ਈਵਨ ਚੰਦੂ ਮਾਜਰਾ ਸਾਹਿਬ ਨੂੰ ਵੀ ਲੋਕਾਂ ਨੇ ਬੋਲਿਆ, ਤੁਸੀਂ ਕਿਉਂ ਨਹੀਂ ਪਹਿਲਾਂ ਬੋਲੇ ਬਈ? ਉਹਨੇ ਆਖਿਆ ਯਾਰ ਫਿਰ ਗਲਤੀਆਂ ਤਾਂ ਹੋਈਆਂ ਨੇ ਨਾ। ਔਰ ਬੀਬੀ ਜਗੀਰ ਕੌਰ ਜੀ ਉਹ ਵੀ ਬੋਲੇ, ਔਰ ਮਲੂਕਾ ਸਾਹਿਬ ਵੀ ਹੱਥੋਂ ਗਲਤੀਆਂ ਉਹਨੇ ਤਾਂ ਬੋਲ ਹੀ ਦਿੱਤਾ ਵੀ ਯਾਰ ਜਦੋਂ ਅਸੀਂ ਬੋਲੇ ਹੀ ਨਹੀਂ ਕਿ ਜਦੋਂ ਗਲਤ ਕੰਮ ਹੋ ਰਿਹਾ ਸੀ ਤਾਂ ਫਿਰ ਦੋਸ਼ੀ ਤਾਂ ਅਸੀਂ ਵੀ ਕਹਿੰਦਾ ਹੈਗੇ ਹਾਂ ਨਾ। ਫਿਰ ਉਹਨਾਂ ਨੇ ਰੱਖੜਾ ਸਾਹਿਬ ਨੇ ਵੀ ਗੱਲ ਕਹੀ, ਇਹ ਗੱਲ ਮਹਿਸੂਸ ਕਰ ਲਈ ਲੀਡਰਸ਼ਿਪ ਨੇ ਵੀ ਸਾਥੋਂ ਅਸੀਂ ਉਹ ਬੋਲੇ। ਇਸੇ ਕਰਕੇ ਇਹਨਾਂ ਨੇ ਹੁਣ ਅਕਾਲ ਤਖਤ ਸਾਹਿਬ 'ਤੇ ਆਉਣਾ ਹੈ, ਪਹਿਲੀ ਤਰੀਕ ਤੋਂ ਹੀ ਵੇਖਿਆ ਜੀ, ਇੱਥੇ ਆਣ ਕੇ ਇਹੋ ਗੱਲ ਕਹਿਣੀ ਆ ਵੀ ਸਾਨੂੰ ਜੋ ਮਰਜ਼ੀ ਸਜ਼ਾ ਲਾ ਦਿਓ ਅਸੀਂ ਬੋਲੇ ਨਹੀਂ ਕੀ ਉਦੋਂ। ਸੋ ਇਹ ਆਣ ਕੇ ਕਹਿਣਗੇ ਜਿਹੜੀ ਇਹ ਲੀਡਰਸ਼ਿਪ ਸੀ। ਸੋ ਸਾਡੇ ਡੈਮੋਕ੍ਰੇਸੀ ਸਾਡੇ ਅਕਾਲੀ ਦਲ 'ਚੋਂ ਜਿਹੜੀ ਖਤਮ ਹੋ ਗਈ, ਜਿਹਦੀ ਲੜਾਈ ਐਮਰਜੈਂਸੀ ਦੀ ਲੜਾਈ ਅਕਾਲੀ ਦਲ ਕਹਿੰਦਾ ਨਾ ਅਸੀਂ ਲੜੀ ਸੀ, ਜਿਹੜੀ ਕੱਲ੍ਹ ਸ਼ੁਰੂ ਹੋਈ ਸੀ,
ਉਹ ਲੜਾਈ ਅਕਾਲੀ ਦਲ ਨੇ ਲੜੀ ਲੋਕਾਂ ਦੀ ਜ਼ਬਾਨ ਬੰਦ ਜਦੋਂ ਹੋਣ ਲੱਗੀ ਸੀ, ਜਦੋਂ ਲੋਕਾਂ ਨੂੰ ਬੋਲਣ ਦਾ ਅਧਿਕਾਰ ਖੁੱਸ ਗਿਆ ਸੀ, ਅਤੇ ਉਦੋਂ ਦੋ ਸੰਸਥਾਵਾਂ ਨੇ ਲੜਾਈ ਲੜੀ, ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਨੇ, ਇੱਕ ਦਮਦਮੀ ਟਕਸਾਲ ਦੇ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ, ਔਰ ਹਿੰਦੁਸਤਾਨ ਦੇ ਲੋਕਾਂ ਨੂੰ ਆਜ਼ਾਦੀ ਲੈ ਕੇ ਦਿੱਤੀ, ਬੋਲਣ ਦਾ ਅਧਿਕਾਰ ਲੈ ਕੇ ਦਿੱਤਾ, ਜ਼ਬਾਨ ਬੰਦ ਜਿਹੜੀ ਸੀ ਉਹਨੂੰ ਖੋਲ੍ਹਿਆ। ਸੋ ਅਕਾਲੀ ਦਲ ਤਾਂ ਜਿਹੜਾ ਸੀ ਇਹ ਪੰਜਾਬ ਦੀ ਨੁਮਾਇੰਦਗੀ ਕਰਦਾ ਸੀ। ਸੋ ਅਕਾਲੀ ਦਲ ਦੀ ਲੋੜ ਹਮੇਸ਼ਾ ਹੀ ਰਹਿਣੀ ਆ, ਕਿਉਂਕਿ ਇੱਕ ਰੀਜਨਲ ਪਾਰਟੀ ਆ। ਦੂਜਾ, ਜਿਹੜੇ ਅਕਾਲੀ ਦਲ ਸਿਧਾਂਤ 'ਤੇ ਖਲੋਤਾ, ਇੱਕ ਅਕਾਲੀ ਦਲ ਖਲੋਤਾ ਸੀ ਕਿਸਾਨੀ 'ਤੇ, ਕਿਸਾਨੀ ਦੀ ਗੱਲ ਅਕਾਲੀ ਦਲ ਠੋਕ ਕੇ ਕਰਦਾ ਸੀ। ਅੱਜ ਕਿਸਾਨੀ ਵੀ ਗਈ, ਸਿੱਖੀ ਸਿਧਾਂਤ ਵੀ ਗਏ, ਔਰ ਜਵਾਨੀ ਜਿਹੜੀ ਸੀ ਉਹ ਬਾਹਰ ਭੱਜ ਗਈ ਕਿ ਜੇ ਅਸੀਂ 50 ਸਾਲ ਜੋ ਇੱਥੇ ਜਾਂ 15-20 ਸਾਲ ਰਾਜ ਕੀਤਾ ਤਾਂ ਸਾਡਾ ਫਰਜ਼ ਨਹੀਂ ਬਣਦਾ ਅਸੀਂ ਨੌਜਵਾਨਾਂ ਵਾਸਤੇ ਇੱਥੇ ਕੋਈ ਰੁਜ਼ਗਾਰ ਪੈਦਾ ਕਰਦੇ। ਆਖਰੀ ਸਵਾਲ, ਹੁਣ ਤੁਸੀਂ ਪੁਰਾਣੇ ਨੇਤਾ ਰਹੇ ਹੋ, ਅਕਾਲੀ ਦਲ ਦੇ ਵੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਤੁਸੀਂ ਮੈਂਬਰ ਹੋ, ਕਿਵੇਂ ਦੁਬਾਰਾ ਤੋਂ ਮੁੜ ਠੀਕ ਹੋ ਸਕਦਾ, ਤੁਹਾਡੀ ਕੀ ਰਾਏ ਹੈ, ਕਿਵੇਂ ਤੁਸੀਂ ਮੰਨਦੇ ਹੋ ਕਿ ਅਗਰ ਇਹ ਕੰਮ ਹੋ ਜਾਵੇ ਤਾਂ ਦੁਬਾਰਾ ਤੋਂ ਅਕਾਲੀ ਦਲ ਪੰਜਾਬ ਦੇ ਵਿੱਚ ਖੜ੍ਹੀ ਹੋ ਸਕਦੀ? ਇਹ ਜਿਹੜਾ ਕੱਲ੍ਹ ਸ਼ੁਰੂਆਤ ਹੋਈ ਹੈ ਨਾ, ਅਤੇ ਪਹਿਲੀ ਨੂੰ ਜਿਹੜੀ ਹੋਣੀ ਆ, ਇੱਥੋਂ ਸਾਰਾ ਮੁੱਢ ਜਿਹੜਾ ਹੈ ਉਹ ਅਕਾਲੀ ਦਲ ਨੂੰ ਨਵੇਂ ਸਿਰੇ ਤੋਂ ਜਥੇਬੰਦ ਕਰਕੇ, ਔਰ ਜਿਹੜੇ ਲੋਕ ਛਤਰੀ ਨਾਲ ਉਤਰਦੇ ਸੀ ਤੁਰੇ ਤੁਰੇ ਜਾਂਦੇ ਪ੍ਰਧਾਨ, ਅੱਜ KP ਆ ਗਿਆ, ਜੇ KP ਆ ਗਿਆ ਉੱਤੇ ਦੋ ਬੰਦੇ ਰੰਗ ਕਰਨ ਦਾ ਪੈਂਦੇ ਵੀ ਉਹ ਕਾਂਗਰਸ ਦਾ ਪ੍ਰਧਾਨ ਰਿਹਾ ਹੈ, ਇਹਨੂੰ ਰੰਗ ਕਰਕੇ ਰਾਤ ਰਾਤ ਸਵੇਰੇ ਨੂੰ ਟਿਕਟ ਦੇਤੀ। ਇਹ ਨਹੀਂ ਗੱਲ ਹੋ ਗਈ, ਪਹਿਲਾਂ ਵੇਖਿਆ ਜਾਊਗਾ ਇਹ ਜੇਲ੍ਹ ਕਿੰਨੀ ਆ, ਇਹਦੀ ਕੁਰਬਾਨੀ ਕਿੰਨੀ ਆ, ਇਹ ਕਿੰਨੇ ਚਿਰ ਤੋਂ ਅਕਾਲੀ ਦਲ ਦੇ ਵਿੱਚ ਕਿੰਨੇ ਚਿਰ ਰਹਿੰਦਾ, ਇਹਨੇ ਅੰਮ੍ਰਿਤ ਛਕਿਆ, ਉਹਦੀ ਨੂੰ ਕੋਈ ਜਪਜੀ ਸਾਹਿਬ ਦਾ ਪਾਠ ਵੀ ਆਉਂਦਾ ਕਿ ਨਹੀਂ ਆਉਂਦਾ, ਇਹਦੀ ਦਿੱਖ ਵੀ ਅਕਾਲੀ ਦਲ ਵਾਲੀ ਹੈਗੀ ਆ ਕਿ ਤੁਰੇ ਜਾਂਦੇ ਅਕਾਲੀ ਦਲ ਦਾ ਪਤਾ ਨਹੀਂ ਲੱਗਦਾ ਇੱਥੇ। ਹੁਣ ਅਕਾਲੀ ਜਦੋਂ ਇੱਥੋਂ ਤੁਰਿਆ ਜਾਂਦਾ ਸੀ ਨਾ ਜਥੇਦਾਰ ਗੁਰਚਰਨ ਸਿੰਘ ਟੌੜਾ, ਲੋਕ ਉਂਗਲਾ ਟੌੜਾ ਸਾਹਿਬ ਜਾ ਰਹੇ, ਉਹ ਤਲਵੰਡੀ ਸਾਹਿਬ ਜਾ ਰਹੇ ਆ, ਉਹ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਜਾ ਰਹੇ ਆ, ਆ ਜਥੇਦਾਰ ਮੋਹਨ ਸਿੰਘ ਤੁਰ ਜਾ ਰਿਹਾ, ਇੱਕ ਪਛਾਣ ਸੀ। ਉਹ ਪਛਾਣ ਨੂੰ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੇ ਖਤਮ ਕਰਤਾ, ਔਰ ਚਿਹਰੇ ਮੂਹਰੇ ਜਿਹੜੇ ਪੰਥਕ ਹੋਣਗੇ, ਜਿਹਨਾਂ ਦੀ ਦਿੱਖ ਪੰਥਕ ਹੋਵੇ, ਜਿਹਨੇ ਤੁਰਿਆ ਫਿਰਦਾ ਪਤਾ ਲੱਗੇ ਵੀ ਉਹ ਅਕਾਲੀ ਜਾਣ ਡਿਆ, ਇੱਥੇ ਤੁਹਾਨੂੰ ਪਤਾ ਨਹੀਂ ਲੱਗਦਾ ਅਕਾਲੀ ਜਾਣ ਡਿਆ। ਅੱਛਾ ਨਾਂ ਕੀ ਰੱਖੇ ਆ, ਆ ਨੋਨੀ ਆ ਗਈ ਜੀ, ਆ ਆਪਣੇ ਬੰਟੀ ਆ ਗਈ ਆ, ਇਹ ਜੀ ਇਹ ਸ਼ਗਰਗੰਦੀ ਆ ਗਈ, ਇੱਕ ਉੱਧਰ ਸ਼ਗਰਗੰਦੀ ਵੀ ਹੈਗੀ ਆ, ਔਰ ਕਿਹਨੂੰ ਆਉਂਦੇ ਬਰਕੰਦੀ ਕਿ ਸ਼ਗਰਗੰਦੀ ਕੋਈ ਇਹੋ ਜਿਹੀ, ਇੱਕ ਤੋਂ ਹੋਰ ਨਾਂ ਇਹੋ ਜਿਹਾ ਹੈ। ਇਹ ਅਕਾਲੀ ਦਲ ਦੇ ਬੰਦੇ, ਇਹ ਜਾਨਵਰਾਂ ਦੇ ਨਾਂ ਹੈ ਕਿ ਬੰਦਿਆਂ ਦੇ ਨਾਂ ਹੈ? ਅਕਾਲੀ ਦਲ ਦੇ ਨਾਂ ਜਥੇਦਾਰ ਗੁਰਚਰਨ ਸਿੰਘ ਟੌੜਾ, ਮਾਸਟਰ ਤਾਰਾ ਸਿੰਘ ਜੀ ਜਥੇਦਾਰ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ, ਸੰਤ ਬਾਬਾ ਫਤਿਹ ਸਿੰਘ ਸਾਹਿਬ ਜੀ, ਸੰਤ ਬਾਬਾ ਕਰਤਾਰ ਸਿੰਘ ਸਾਹਿਬ ਜੀ, ਔਰ ਇਸੇ ਤਰ੍ਹਾਂ ਆਪਣੇ ਜਿਹੜੇ ਪੁਰਾਣੇ ਨਾਂ ਸੀ ਜਥੇਦਾਰ ਮੋਹਨ ਸਿੰਘ ਤੁੜ, ਇਸ ਤਰ੍ਹਾਂ ਦਾ ਅਕਾਲੀ ਦਲ ਦਾ ਬਾਨੂੰ ਜਿਹੜਾ ਹੁਣ ਬੰਨਾਂਗੇ, ਔਰ ਦਾੜੀ ਕੇਸ ਜ਼ਰੂਰ ਰੱਖੇ ਹੁਣ ਹਰ ਅਕਾਲੀ ਦਲ ਦੇ ਅਹੁਦੇਦਾਰ ਨੇ, ਉਹਦੀ ਪਛਾਣ ਹੋਵੇ, ਉਹਨੇ ਉਹਦੇ ਗਾਤਰਾ ਵੀ ਹੋਵੇ, ਔਰ ਉਹਨੂੰ ਗੁਰੂ ਘਰ ਦੇ ਨਾਲ ਲਗਾਅ ਵੀ ਹੋਵੇ ਉਹਨੂੰ, ਔਰ ਇਹ ਨਹੀਂ ਵੀ ਆ ਜਿਹੜੀ ਉਹ SOI ਤੁਰੀ ਫਿਰ ਸੋਰੀ ਮੋਨੀ ਤੁਹਾਡਾ ਬੇੜਾ ਕਰਕੇ, ਤੁਸੀਂ ਕਿਹਨੂੰ ਸਿਹਤ ਦੇਣ ਚੱਲੇ ਜੇ ਤੁਸੀਂ, ਤੁਹਾਡੇ ਆ ਇੱਥੇ ਅਕਾਲੀ ਦਲ ਦੇ ਬੰਦੇ ਕੀ ਰਾਤ TV ਵਹਿੰਦੇ ਜੇ ਕਿ ਨਹੀਂ? ਉੱਥੇ ਤਾਂ ਜਿਹੜਾ ਅਕਾਲੀ ਦਲ ਰੀਪ੍ਰਜੈਂਟ ਕਰ ਰਿਹਾ ਉਹਦੀ ਦਾੜੀ ਹੈ ਨਹੀਂ ਗੀ, ਉਹਦੇ ਸਿਰ 'ਤੇ ਕੇਸ ਹੀ ਹੈ ਨਹੀਂ ਕਿ ਆ 4-5 ਬੰਦੇ ਉੱਥੇ ਬੈਠੇ ਹੁੰਦੇ ਆ। ਉਹ ਮੈਂ ਇੱਕ ਦਿਨ ਹੱਥ ਜੋੜ ਕੇ ਆਖਿਆ, ਮੈਂ ਅਕਾਲੀ ਸਾਹਿਬ ਆ ਦਾੜੀ ਤੁਸੀਂ ਰੰਬੇ ਨਾਲ ਵੱਢੀ ਆ, ਤੂੰ ਅਕਾਲੀ ਦਲ ਨੂੰ ਰੀਪ੍ਰਜੈਂਟ ਕਰ ਰਿਹਾ, ਕੀ ਤੂੰ ਦੱਸੇਗਾ ਅਕਾਲੀ, ਕੀ ਤੂੰ ਸਿੱਖੀ ਦਾ ਸਿਧਾਂਤ ਦੱਸੇਗਾ? ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਨਾਂ ਗੱਲਾਂ 'ਤੇ ਗੌਰ ਕਰਕੇ ਇੱਕ ਐਸੀ ਰੂਹ ਖਾਲਸਾ ਪੰਥ ਤੋਂ ਵਿੱਚ ਫੂਕੀ ਜਾਊਗੀ ਜਿਹੜੀ ਰੂਹ ਮਰ ਚੁੱਕੀ ਆ। ਅਕਾਲੀ ਦਲ ਖਾਲੀ ਹੋ ਗਿਆ, ਅਕਾਲੀ ਦਲ 'ਚੋਂ ਅਸਲੀ ਰੂਹ ਜਿਹੜੀ ਆ ਨਾ ਅਕਾਲੀ ਦਲ ਦੀ, ਉਹ ਪੈਦਾ ਕਰਨ ਵਾਸਤੇ, ਜੋਸ਼ ਪੈਦਾ ਕਰਨ ਵਾਸਤੇ ਜਿੱਥੋਂ ਅਕਾਲੀ ਦਲ ਬਣਿਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ, ਉੱਥੋਂ ਸ਼ੁਰੂਆਤ ਕਰਾਂਗੇ।
ਸੋ ਬਹੁਤ ਬਹੁਤ ਧੰਨਵਾਦ ਭਾਈ ਮਨਜੀਤ ਸਿੰਘ ਜੀ। ਸੋ ਭਾਈ ਮਨਜੀਤ ਸਿੰਘ ਦਾ ਕਹਿਣਾ ਕਿ ਅਕਾਲੀ ਦਲ ਪੂਰੀ ਤਰ੍ਹਾਂ ਨਾਲ ਖਾਲੀ ਹੋ ਚੁੱਕੀ ਹੈ, ਲੇਕਿਨ ਹੁਣ ਮੁੜ ਤੋਂ ਇੱਕ ਵੱਡਾ ਸਵਾਲ ਜਿਹੜਾ ਅਕਾਲੀ ਦਲ ਲਈ ਖੜ੍ਹਾ ਹੁੰਦਾ ਹੈ ਕਿ ਕਿਵੇਂ ਅਕਾਲੀ ਦਲ ਮੁੜ ਪੰਜਾਬ 'ਚ ਆਪਣਾ ਵਿਸਤਾਰ ਕਰੇਗੀ, ਕਿਵੇਂ ਪੰਜਾਬ ਦੇ ਵਿੱਚ 2027 ਦੇ ਵਿੱਚ ਵਿਧਾਨ ਸਭਾ ਚੋਣ ਜਿੱਤੇਗੀ, ਕਿਵੇਂ ਇਹਦੀ ਰਣਨੀਤੀ ਤਿਆਰ ਕੀਤੀ ਜਾਏਗੀ, ਇਹ ਸਾਰੀ ਦੇਖਣ ਵਾਲੀ ਗੱਲ ਹੋਵੇਗੀ। ਅਮਿਤ ਸ਼ਰਮਾ, ਪੰਜਾਬ ਤੱਕ, ਅੰਮ੍ਰਿਤਸਰ।